ਕਾਂਟੀ ਸਰ ਕਹਿੰਦੇ 200 ਦੇ ਦਾਂਗੇ 200 ਦਾ ਸਨਮਾਨ ਕੱਪੜੇ ਸੱਤੇ ਵਾਰ ਦੇ ਕਿਤੇ ਜਾਵੋ ਕਾਂਟੀ ਸਾਡੀ ਕੋਲ ਕਿਤੇ ਜਾਵੋ 200 ਰੁਪਏ ਕਿਤੇ ਆਊਟ ਹੋਇਆ 200 ਰਾਸ ਚੱਲੋ ਲਾਈਵ ਕਹਿੰਦੇ ਪੈਂਦੀ ਬਾਲ ਉਸ ਵੇਲੇ 4 ਰੁਪਏ ਵਾਦੇ ਕੱਪੇ ਨਹੀਂ ਕਰਦੇ ਕਿ ਕੱਪਾ ਸੱਤੇ ਵਾਰ ਦੀ ਧਰਤੀ ਦਾ ਕਿਤੇ ਵੱਡਾ ਖਿਡਾਰੀ ਆ 500 ਰੁਪਏ ਦੀ ਮੈਂ ਪਿਛਲੇ ਸਾਲ ਦੀ ਚੈਂਪੀਅਨ ਟੀਮ ਆ ਪਿਛਲੇ ਸਾਲ 2020 ਦੇ ਵਿੱਚ ਜੋ ਕਿਤੇ ਜਾਣਾ ਟੂਰਨਾਮੈਂਟ ਜਿਹੜਾ ਕੱਪ ਚੁੱਕੇ ਇਹਨਾਂ ਨੇ ਚੁੱਕੇ ਆ ਔਰ ਕਿਹੜੇ ਇਸ ਵਾਰ ਦੀ ਪੂਰੀ ਤਿਆਰੀ ਹੈ ਕਹਿੰਦੇ ਬੰਦੀ ਤਾਬੇਦਾਰ ਟੀਮਾਂ ਵੀ ਜੇ ਟੂਰਨਾਮੈਂਟ ਜਿੱਤਦੇ ਨਾ ਲਾਲ ਸਰਗੇ ਦੇ ਵੱਡੇ ਸਨਮਾਨ ਜਿਹੜੇ ਉਹਨਾਂ ਦੇ ਕਰਦੇ ਰਹੇ ਆ ਔਰ ਕਹਿੰਦੇ ਪੱਕੀ ਗੱਲ ਹੋਏ ਨੇ ਲਾਲ ਸਾਹਮਣੇ ਖੇਡ ਦੇ ਮੈਦਾਨ ਵਿੱਚ ਬਾਲਾਂ ਪਾਉਣ ਦੇ ਵਿੱਚ ਹੀ ਤਿਆਰ ਬਰ ਤਿਆਰ ਤੇ ਕੱਪਾ ਸਿੱਟੋ ਵਾਲ ਦੀ ਧਰਤੀ ਤਿਆਰ ਬਰ ਤਿਆਰ ਇਸ ਵੇਲੇ ਪੈਂਦੀ ਹੋਈ ਬਾਲ ਤੇ ਕੱਪਾ ਸਿੱਟੋ ਵਾਲੀਆ ਸਿੱਟੋ ਵਾਲੀਆ ਸਿੱਟੋ ਵਾਲੀਆ 4 ਰਨਾਂ 4 ਰਨਾਂ ਨਾਲ ਨੌਜਵਾਨਾਂ 4 ਰਨ ਜੋੜ ਦਿੱਤੇ ਆ ਇਹ ਸਿੱਟੋ ਵਾਲ ਦੀ ਧਰਤੀ ਦਾ ਕਹਿੰਦੇ ਕੱਪਾ ਮੇਰੇ ਵੀਰੋ ਤੇ ਸਾਰੇ ਪਾਸੇ ਖੇਡ ਲੈਂਦਾ ਛੱਕੇ ਦੇ ਉੱਤੇ 200 ਰੁਪਇਆ ਰਾਜ ਸਰਦਾ 200 ਰੁਪਇਆ ਬਾਟੀ ਸਰਦਾ 200 ਰੁਪਏ ਬਾਟੀ ਸਰ 200 ਰਾਜ ਸਰਦਾ 400 ਦਾ ਛੱਕਾ 100 ਰੁਪਇਆ ਸਾਹੇਦਾਰ ਨਾਲ ਵੀ ਮਿੱਤਰਾ 500 ਜਿਹੜਾ ਬੋਲੋ ਸੀ ਗੁੱਡ ਫੁੱਟ ਬਾਕੀ ਸਹੀ ਗੱਲ ਹੈ ਨਾ ਵੀ ਸਮੇਂ ਵੱਡਾ ਸਨਮਾਨ ਜਿਹੜਾ ਕੰਬੇ ਜਿਹੜਾ ਕੀਤਾ ਜਾਣਾ ਛੱਕਾ 400 ਦਾ ਮਿੱਤਰਾ 400 ਦਾ ਕਹਿੰਦੇ 400 ਛੱਕਾ 200 ਰੁਪਇਆ ਰਾਜ ਸਰ 200 ਰੁਪਇਆ ਕਹਿੰਦੇ ਬਾਟੀ ਸਰ ਜੇ ਕੱਪਾ ਛੱਕਾ ਮਾਰਦਾ ਮਿੱਤਰਾ 400 ਰੁਪਇਆ ਦੇ ਦੇਣਾ ਅੱਜ ਕੱਲ 200 ਰੁਪਏ ਦਾ ਨੋਟ ਬਣ ਚੁੱਕੇ ਕਿਸੇ ਵੇਲੇ 200 ਦਾ ਨੋਟ ਨਹੀਂ ਹੁੰਦਾ ਸੀ 200 ਦੇ 2 ਨੋਟ ਦੇ ਦੇਣੇ ਆ ਲਾਲ ਸਾਹਮਣੇ ਖੇਡ ਦੇ ਮੈਦਾਨ ਵਿੱਚ ਬਾਲ ਜਿਹੜੀ ਵਿੱਕੀ ਦੀ ਹੈ ਕੱਪੇ ਦਾ ਛੱਕਾ 200 ਦਾ ਹੈ ਕੱਪੇ ਦਾ ਛੱਕਾ 200 ਰਨ ਦੇ ਵਾਧੇ ਕਹਿੰਦੇ 90 ਦੇ ਕਰ ਦਿੱਤਾ 200 ਦਾ ਛੱਕਾ ਮਾਰ ਦਿੱਤਾ ਵਾਹ ਉਹ ਨੌਜਵਾਨਾਂ ਦੁਨੀਆ ਨੇ ਤਾੜੀ ਆਪ ਮਾਰ ਦਿੱਤੀ ਹੈ ਕਿ ਤਾੜੀ ਵੱਜੀ ਦੇਖ ਕੇ ਪਤਾ ਲੱਗ ਜਾਂਦਾ ਹੈ ਲੋਕਾਂ ਦੇ ਮਨ ਲੱਗਿਆ ਦਾ ਇਹ ਦੁਨੀਆ ਪੂਰੀ ਜ਼ੂਰ ਮੈਨੂੰ ਕੋਈ ਨਾ ਨਹੀਂ ਲੈਂਦਾ ਭੱਜਿਆ ਦਾ ਵੀ ਕੋਈ ਨਾ ਨਹੀਂ ਲੈਂਦਾ ਭੱਜਿਆ ਦਾ ਲਾਓ ਖੇਡ ਦੇ ਮੈਦਾਨ ਚ ਨੱਪਾ ਸੱਤੋ ਵਾਲ ਦੀ ਧਰਤੀ ਦਾ ਚੌਕਾ ਤੇ ਛੱਕਾ ਠਾ ਚੌਕਾ ਚੱਕਾ ਠਾ ਚੌਕਾ ਚੱਕਾ ਐਨ ਕਹਿੰਦੇ ਢੇਰੀ ਲੈਂਦੇ ਮੂਹ ਰੱਖਦੇ ਨੇ ਚੌਕੇ ਛੱਕਿਆ ਦਾ ਐਨ ਪੈਂਦੀ ਹੋਈ ਬਾਲ ਤੇ ਦੂਜਾ ਵੀ ਮੈਨੂੰ ਲੱਗਦਾ ਨੇ ਮਾਰਦਾ ਪਰ ਨਹੀਂ 4 ਜ਼ਰੂਰ ਹੋਣਗੇ ਤਾਂ ਜੋ ਨੌਜਵਾਨਾਂ ਤਿਆਰੀ ਖਿੱਚੀ ਹੈ ਵੀ ਨੌਜਵਾਨਾਂ ਦੱਸੀ ਸਾਹਮਣੇ ਗੱਲ ਪਾਉਣ ਤੋਂ ਬੰਦਾ ਤਿਆਰ ਬੰਦਾ ਕੱਸ ਗਈ ਆ ਹਾਲਾ ਚੈੱਕ ਕਰ ਲਾ ਬਹੁਤ ਆ ਠੀਕ ਆ ਲੈ ਫੜਾ ਦੇ ਇੱਧਰ ਫੜਾ ਦੂੰਗਾ ਲਾਓ ਬੱਗੇ ਨੇ ਬਾਲ ਪਾਉਣੀ ਹੈ ਬੱਗਾ ਧਰਤੀ ਤੱਕ ਖਿਡਾਰੀ ਹੈ ਪਰ ਬੋਲਾ ਪਾਉਣ ਦੀ ਤਿਆਰ ਦੇ ਤਿਆਰ ਮੇਰੇ ਵੀਰੋ ਦੁਨੀਆਂ ਦੇ ਰਿਸ਼ਤੇ ਦਾ ਯੋਧਾ ਆ ਬੋਲ ਕਹਿੰਦੇ ਪਾਉਣ ਲਈ ਤਿਆਰ ਬਰ ਤਿਆਰ ਬੰਦਾ ਦੱਸੀਆਂ ਦੀ ਧਰਤੀ ਦਾ ਸਾਹਮਣੇ ਗੰਜੇ ਦੇ ਸਾਹਮਣੇ ਕਰਨਾ ਕਿ ਮੇਰਾ ਤੇ ਮਾਹੀ ਤੁਰਲੇ ਵਾਲਾ ਦੀਆ ਖੱਜਾ ਵੱਜਾ ਕੋਲ ਭਾਬੀ ਦੀਆ ਜਗਾ ਇਹ ਗੱਲਾਂ ਟਿਕਾਣੇ ਦੀਆਂ ਇਸ ਵੇਲੇ ਰਾਜ ਭਾਈ ਨੇ ਦੱਸਿਆ ਵੀ ਗੰਜੇ ਨੇ ਫਿਰ ਸਾਹਮਣਾ ਕਰਨਾ ਪੈਂਦੀ ਬਾਲ ਤੇ ਸਾਹਮਣੇ ਗੰਜੇ ਨੇ ਦੇਖਿਆ ਕਿ ਬਾਲ ਹਵਾਈ ਯਾਤਰਾ ਚ ਭੇਜ ਦਿੱਤੀ ਹੈ ਹਵਾ ਚ ਬਾਲ ਫਿਲਟਰ ਥੱਲੇ ਪਰ ਕੈਚ ਡਰੋਪ ਹੈ ਕੈਚ ਡਰੋਪ ਆ ਉਹ ਤਾਂ ਬਾਲ ਨਾਲ ਗੱਲਾਂ ਕਰਨ ਲੱਗਿਆ ਬਾਲ ਨਾਲ ਗੱਲਾਂ ਕਰਨ ਲੱਗਿਆ ਇਸ ਵੇਲੇ ਸਾਹਮਣੇ ਕੈਚ ਡਰੋਪ ਆ ਜੀ ਸਾਹਮਣੇ ਕਰਨ ਦੇ ਬਾਅਦ ਦੱਸੋ ਕਿ ਵੀਰੋ ਬੱਗਾ ਜੱਸੀਆਂ ਦੀ ਧਰਤੀ ਦਾ ਵੀ ਬੱਗੇ ਨੇ ਆਪਣਾ ਕੰਮ ਕੀਤਾ ਪਰ ਦੂਜੇ ਨੇ ਨਹੀਂ ਕੀਤਾ ਲੈ ਵੀ ਨੌਜਵਾਨ ਤੁਹਾਨੂੰ ਬਰਾਬਰੀ ਸਾਥ ਦੇਣਾ ਪੈਣਾ ਸਾਰਿਆਂ ਨੂੰ ਸਾਥ ਬਰਾਬਰ ਦੇਣਾ ਪੈਣਾ ਆ ਟੱਕਰ ਦੇ ਚੱਕਰ ਕਦੇ ਕਦੇ ਵੇਖਣ ਨੂੰ ਮਿਲਦੇ ਆ ਬੱਗੇ ਦੀ ਬਾਲ ਤੇ ਨੰਬਰ ਸੱਤੋ ਵਾਲੀ ਆ ਐਨ ਸੱਤੋ ਵਾਲੀ ਆ ਫਿਰ ਸੱਤੋ ਵਾਲੀ ਆ ਸੱਤੋ ਵਾਲੀ ਆ ਤਾਂ ਫਿਰ ਸੱਤੋ ਵਾਲੀ ਆ ਸਾਡੇ 6 ਦੇ ਵਾਧੇ ਕਰ ਦਿੰਦੇ ਆ 6 ਰਨਾਂ ਦੇ ਵਾਧੇ 90 ਦੇ ਕਰ ਦਿੰਦੇ ਆ ਵਾਹ ਉਹ 90 ਆ ਵਾਹ ਉਹ 90 ਆ ਤੇ ਸਿਰ ਤੇ ਸੋਹਣੀ ਦਸਤਾਰ ਜਿਹੜੀ ਬੰਨੀ ਆ ਵੀ ਨਾ ਮੈਂ ਸ਼ੌਂਕ ਦੇ ਲਈ ਬੰਨਾ ਨਾ ਤੋ ਖਾਬਿਆਂ ਦੀ ਪੱਗ ਵੀ ਮੈਂ ਹੈਗਾ ਹੀ ਸਰਦਾਰ ਆ ਵੀ ਮੈਂ ਹੈਗਾ ਹੀ ਸਰਦਾਰ ਆ ਅਗਲੀ ਉਹਨੂੰ ਪਤਾ ਵੀ ਜੱਸੀਆਂ ਵਾਲੇ ਨੇ ਵੀ ਮਾਰਨੇ ਅੱਜ ਉਹ ਤੋਂ ਪਹਿਲਾਂ ਆਪਾਂ ਇੰਨੇ ਮਾਰ ਗਏ ਵੀ ਜੱਸੀਆਂ ਵਾਲੇ ਨੂੰ ਮਾਰ ਨਾ ਦਈਏ ਇਹ ਗੱਲ ਪੱਕੀ ਆ ਲਓ ਸਾਹਮਣੇ ਖੇਡ ਦੇ ਮੈਦਾਨ ਵਿੱਚ ਵਿਗੜਿਆ ਪੱਗਾਂ ਵੀ ਮਾੜਾ ਵਿਗੜਿਆ ਨੱਭਾ ਵੀ ਮਾੜਾ ਪੱਗਾਂ ਤੇ ਨੱਭਾ ਨੱਭਾ ਤੇ ਪੱਗਾਂ ਲਾਓ ਸਾਹਮਣੇ ਖੇਡ ਵਿੱਚ ਟੱਕਰ ਸਿਰੇ ਦੀ ਆ ਆ ਟੱਕਰ ਤੇ ਚੱਕਰ ਕਦੇ ਕਦੇ ਦੇਖਣ ਨੂੰ ਮਿਲਦੇ ਆ ਆ ਟੱਕਰ ਤੇ ਚੱਕਰ ਕਦੇ ਕਦੇ ਦੇਖਣ ਨੂੰ ਮਿਲਦੇ ਆ ਪੈਂਦੀ ਬਾਲ ਦੇ ਨੱਭਾ ਨੇ ਤੀਜਾ ਵੀ ਮਾਰਿਆ
लाओ सामने बाल दो हुआ है, बाल दो हुआ है कि दुनिया शट्टे मार दिया, एक तंदर सत्ते मार दा, दुनिया शट्टे मार दिया, आप तंदर सत्ते मार दिया, लाभी तंदर जो होड़ शट्टे हमारे गया, 500 रुपया नीश भाई ने दे देना है, कि 500 रुपया राज सर कहते भी नीश भाई ने दे देना है, कि जे कहते आ शट्टा होड़ मार दा ना तंदर, नीश भाई ने 500 रुपया नोट करके दे देना मित्रा, ये गल पक्की है, लो खेड़ के मैच अच कालिया अर्घा लग है भाजी कालिया अर्घा एन कहते लिश लिश करती है चिट्टिया गड्डिया कालिया अर्घा एन कहते गला खेड़ के मैदान में पैदी बाल टप्पा सामने ते विकट 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 मित्रा एन हाय रब्बा हाय रब्बा हाय रब्बा बगिया तू बगा बेचारा की करे ये बगा बेचारा की करे ठंडा पानी पी मरे ये बगा बेचारा की करे ठंडा पानी पी मरे एन पगे ने अपना काम कर दिता सी मित्रा इतने फिल्टर को फिल्टर को करना पैना मित्रा जरूर करना पैना नहीं तो कहते घर वापसी हो जाए घर वापसी होनी लाओ सामने फुटबॉल पंगा जस्सी वाला नंबर सत्तों वाली इस बार फिर हवा के लाओ सामने क्या फिर शर्ता फिर शर्ता मंगया समझाला 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 समझा पैना के माइया अपनी मां समझाला बोलन का ढंग समझाला नहीं तो चढ़ू चौंक दे मैं पूरी करूंगी नब जा कर दो बद दे नहीं मैं पूरी करूंगी नब जा कर दो बद दे मैं पूरी करूंगी पूरी हो जानी है मेरे नब्बे जे ना आउट किया ना जे नब्बे ना आउट किया फिर नब्बे ने थोड़े वाले सौ अपने वाले पास लिया होने आओ सामने खेल के मैदान से पहली बार इस वेले मैं लगता भी छे जेने खरबूजे ने भी रंग जो बदल दिता खरबूजे ने खरबूजे कहो जी अगर की समाप्त दसीए कि ਦੱਸਣ ਤੋਂ ਜੀ ਨਹੀਂ ਕਰਦਾ ਦੋ ਵਾਰਾਂ ਦੀ ਸਮਾਪਤੀ ਹੈ ਕਿ 48 ਹੋ ਗਿਆ ਬੰਦੇ 48 ਹੋ ਗਿਆ ਦੋ ਵਾਰਾਂ 48 ਹੋ ਗਿਆ ਲਓ ਸਾਰੇ ਫਿਰ ਆਪਾਂ ਦੇ 48 ਹੋ ਗਿਆ ਵੀਰੋ 48 ਹੋ ਗਿਆ 48 ਹੋ ਗਿਆ ਬੱਗੇ ਨੇ ਆਪਦਾ ਕੰਮ ਕਰ ਦਿੱਤਾ ਸੀ ਮਿੱਤਰਾ ਪਰ ਫਿਲਟਰ ਨੇ ਦੋ ਕਹਿ ਛੱਡ ਦਿੱਤੇ ਆ ਕਿ ਹੱਥ ਘੁੱਟ ਕੇ ਫੜ ਲਵੇ ਹਾਲੇ ਸਾਡੀ ਉਮਰ ਨਿਆਣੀ ਮੈਂ ਸੁਣਿਆ ਮੇਲੇ ਚੋਂ ਪਿੱਛੜ ਕੇ ਕਈ ਰੂਹਾਂ ਦੇ ਸਾਰੀ ਇਹ ਤਰਦ ਪਿਛੋੜੇ ਦੇ ਸਭ ਤੋਂ ਹੋਰ ਨਹੀਂ ਜਾਣੇ ਝੇਲੇ ਮੈਂ ਸੁਣਿਆ ਪਿੱਛੜ ਗਿਆ ਤੇ ਹੁੰਦੇ ਰੱਬ ਸਭਾ ਦੇ ਮੇਲੇ ਮੈਂ ਸੁਣਿਆ ਪਿੱਛੜ ਗਿਆ ਤੇ ਹੁੰਦੇ ਰੱਬ ਸਭਾ ਦੇ ਮੇਲੇ ਆਹ ਵਿੱਕੀ ਨੇ ਬਾਲ ਪਾਉਣੀ ਹੈ ਤੇ ਨੰਬਰ ਸਾਹਮਣੇ ਕਰੀ ਲਾਓ ਵਿੱਕੀ ਨੇ ਬਾਲ ਪਾਉਣੀ ਹੈ ਤੇ ਸਾਹਮਣੇ ਨੰਬਰ ਦੇ ਕਰਨਾ ਲਾਓ ਸਾਹਮਣੇ ਸੋਨੂ ਸਰ ਦੀ ਟੀਮ ਆ ਬੋਲਾਂ ਪਾਉਂਦੀ ਹੈ ਸੋਨੂ ਸਰ ਦਾ ਦਿਲ ਘਾਉਂਦਾ ਹੁੰਦਾ ਤਾਂ ਘਾਉਂਦਾ ਹੁੰਦਾ ਛੱਕਾ ਮਾਰ ਦੋ ਸੌ ਰੁਪਇਆ ਆਹ ਟੱਪਾ ਟੱਪਾ ਸੱਤੋ ਵਾਰ ਦੀ ਧਰਤੀ ਦਾ ਇਹ ਕਹਿੰਦੇ ਦੁਨੀਆ ਦਾ ਰੁਸਤ ਮਿਲਦਾ ਕਿ ਚੈੱਕ ਕਰੀਏ ਤੇ ਆਸੀ ਯਾਰ ਬੰਦੇ ਕਿੰਨੇ ਖਾਸ ਕਿੰਨੇ ਪੁੱਤ ਕਿੰਨੇ ਪਾਪ ਬੋਲਦੇ ਮਿੱਤਰਾਂ ਨੂੰ ਬੋਲਣ ਦੀ ਲੋੜ ਨਹੀਂ ਨਾ ਵੀ ਸਾਡੇ ਪੱਲਿਆਂ ਰਿਕਾਰ ਬੋਲਦੇ ਇਹਦੇ ਵਿੱਚ ਕਹਿੰਦੇ ਕੰਨੋ ਹੈਗਾ ਸੀ ਧਰਮ ਕੋਟ ਵਾਲਾ ਐਨ ਕਹਿੰਦੇ ਫਿਰ ਬਣਾ ਕੇ ਵਰਸੇ ਦੀ ਟਰਾਈ ਕੀਤੀ ਹੈ ਕਿ ਟੱਪਾ ਸੱਤੋ ਵਾਲ ਧਰਤੀ ਦਾ ਕਿ ਐਵੇਂ ਦੀ ਸਪੀਕਰਾਂ ਤੇ ਤਾਂ ਬੋਲਦਾ ਤਾਰੇ ਨੇ ਮੈਦਾਨ ਵੀ ਪਰ ਤਾਂ ਬੋਲਦਾ ਇੱਕ ਥਾਂ ਨਹੀਂ ਐਨ ਥਾਂ ਥਾਂ ਬੋਲਦਾ ਇੱਕ ਪਿੰਡ ਦੀ ਥਾਂ ਥਾਂ ਬੋਲਦਾ ਅਮਿਤ ਸਰਬ ਨੂੰ ਵਿਗੜਦੇ 200 ਹੋਵੇਗਾ ਜੀ ਜੇ ਮੁੰਡਾ ਵਿਗੜ ਕਰਦਾ ਵੀ ਅਮਿਤ ਸਰ ਕਹਿੰਦੇ ਆ ਕਿ 200 ਦੇ ਦਾਂਗੇ 200 ਦੇ ਦਾਂਗੇ ਵੀ 200 ਰੁਪਏ ਦੇ ਦਾਂਗੇ ਮਿੱਤਰਾ ਵੀ ਜੇ ਵਿਗੜ ਕਰਦਾ 200 ਰੁਪਇਆ 90 ਦੀ ਵਿਗੜ ਕਰ 200 ਰੁਪਏ ਦੀ ਵਿਗੜ ਪੈਦੀ ਬਾਤ ਤੇ ਸਾਹਮਣੇ ਮੁੰਡੇ ਨੇ ਸੋਹਣੀ ਕੋਸ਼ਿਸ਼ ਕੀਤੀ ਆ ਕੋਸ਼ਿਸ਼ ਕੀਤੀ ਹੈ ਵੀ ਕੋਸ਼ਿਸ਼ ਤਾਂ ਕੀਤੀ ਹੈ ਲੱਭਣ ਲਈ ਲੱਖਾਂ ਨੇ ਜਿਨ੍ਹਾਂ ਨੂੰ ਤੂੰ ਦੱਸਦਾ ਉਹ ਤਾਂ ਕੋਈ ਹੋਰ ਹੀ ਅੱਖਾਂ ਨੇ ਉਹ ਤਾਂ ਕੋਈ ਹੋਰ ਹੀ ਅੱਖਾਂ ਨੇ ਅਮਿਤ ਸਰ ਬੋਲੇ 200 ਰੁਪਏ ਦਿੱਤਾ ਜਾਣਾ ਤੇ ਵਿਗੜ ਨਿਕਲਦੀ ਹੈ ਅਮਿਤ ਸਰ ਮੁੱਛਾਂ ਕੱਢੇ ਕਰਦੇ ਆ ਲਾਓ ਸਾਹਮਣੇ ਕਹਿੰਦੇ ਖੇਡ ਦੇ ਮੈਦਾਨ ਵਿੱਚ ਇੱਕ ਮੋਟੀ ਅੱਖ ਉਹਦੀ ਸੋਨੇ ਗੱਦੀ ਇੱਕੋ ਜੱਟ ਮੁੱਛ ਖੜੀ ਰੱਖਦਾ ਅਰ ਖੇਡ ਮੈਦਾਨ ਤੇ ਵਿਗੜ 200 ਰੁਪਇਆ ਬਾਕੀ ਸਰ 400 ਦੀ ਵਿਕਟ ਆ ਜੀ 400 ਦੀ ਵਿਕਟ ਆ 400 ਦੀ ਵਿਕਟ ਆ ਪਰ ਨੱਪਾ ਨੱਪਾ ਤੇ ਫਿਰ ਨੱਪਾ ਹੀ ਆ ਲਾਓ ਸਾਹਮਣੇ ਖੇਡ ਮੈਦਾਨ ਦੇ ਇੱਕ ਰੰਦ ਵਾਧੇ ਹੋਣਗੇ ਨੱਪਾ ਸਿੱਟੋਵਾਲ ਦੀ ਧਰਤੀ ਦਾ ਮੇਰੇ ਇੱਕ ਰੰਦ ਵਾਧੇ ਤੇ ਗੰਜਾ ਆ ਗਿਆ ਗੰਜੇ ਨੇ ਵੀ ਹੱਥ ਗਰਮ ਕੀਤੇ ਆ ਗੰਜੇ ਨੇ ਵੀ ਪਿਛਲੇ ਸ਼ਾਮ ਦੇ ਨਾਲ ਹੱਥ ਗਰਮ ਕੀਤੇ ਗੰਜੇ ਤੇ ਸ਼ੇਕਾ ਹੋਰ ਦੁਨੀਆ ਕਹਿੰਦੇ ਹੋਰ ਵੱਜੂ ਦੁਨੀਆ ਕਹਿੰਦੇ ਕਿਸੇ ਦਾ ਹੋਰ ਵੱਜੂ ਸਨਮਾਨ ਤੇਰੇ ਆਪੇ ਕਰਵਾ ਦੇ ਰਿਹਾ ਸਨਮਾਨ ਤੇਰੇ ਵੱਡੇ ਕਰਵਾ ਦੇ ਰਿਹਾ ਜੇ ਸ਼ੇਕਾ ਵੱਜ ਗਏ ਨਾ ਤੇ ਦੁਨੀਆ ਸਨਮਾਨ ਜਿਹੜਾ ਵੱਡੇ ਕਰਦਾ ਲਾਓ ਸਾਹਮਣੇ ਖੇਡ ਦੇ ਮੈਦਾਨ ਵਿੱਚ ਇੱਕ ਰੰਦੇ ਵਾਧੇ ਜਿਹੜੇ ਹੋਣਗੇ ਇੱਕ ਕਿਤੇ ਨਾਲ ਇੱਕ ਕਿਤੇ ਨਾਲ ਗੋਡਿਆਂ ਨੇ ਬੂਟ ਬੂਟ ਦਾ ਸਾਂਗਰ ਭਰ ਦੇਣਾ ਲਾਓ ਸਾਹਮਣੇ ਵਿੱਕੀ ਦੀ ਬਾਲ ਤੇ ਨੱਪਾ ਸਾਹਮਣੇ 600 ਰੁਪਏ ਜੀ ਵਿਕਟ ਦੇ ਛੱਕੇ ਦੇ ਵਿਕਟ ਦੇ
विकेट तो 500 रुपया में दुसर बोलो वहां पर सर जी कहते दिल बचा बचा बेला बचा बेला है और खेड के मैदान तो 500 रुपये दिए जड़ा है 500 की विकेट 56 ਰਨ ਜੇ ਤੇ ਨੰਬਰ ਦੀ ਸਮਾਪਤੀ ਤੇ ਤਿੰਨ ਨੰਬਰ ਦੀ ਸਮਾਪਤੀ 56 ਪੱਗਿਆ ਪਿਗੜਿਆ ਨਹੀਂ ਕੁਝ ਵਿਗੜਿਆ ਨਹੀਂ ਡੱਬਾ ਆਊਟ ਹੋ ਗਿਆ ਹਾਲੇ ਕੁਝ ਪਿਗੜਿਆ ਨਹੀਂ 56 ਰਨ ਜੇ ਤੇ 17 ਤੇ ਵੀ ਰੋਕ ਲੈਣਾ ਪੱਗੇ ਨੂੰ ਮਾਰਾ ਵੀ ਪੱਗੇ ਨੇ ਮਾਰ ਦਿੰਦਿਆਂ ਪੱਗੇ ਨੇ ਕੱਲੇ ਨੇ 112 ਮਾਰੇ ਆ 13 ਛੱਕੇ ਪੱਗੇ ਦੇ ਸੀ ਪਰ ਸਨੀ ਨੇ ਕਹਿੰਦੇ 16 ਮਾਰੇ ਆ ਸਨੀ ਨੇ 104 ਰਨ ਸੀ ਪਰ ਰਨ ਪੱਗੇ ਜਿਹੜਾ ਵਰ ਸਨੀ ਨੇ ਅੱਜ 50 ਰਨ ਵੀ ਮਾਰੇ ਆ ਪੱਗੇ ਨੇ ਕਹਿੰਦੇ 112 ਰਨ ਮਾਰੇ ਹੋਏ ਆ ਪੂਰੀ ਟੀਮ ਨੇ 114 ਮਾਰੇ ਸੀ ਜਿਹਨੇ 16 ਮਾਰੇ ਸੀ ਜਿਹਦੇ ਵਿੱਚੋਂ ਕੱਲੇ 112 ਪੱਗੇ ਦੇ ਸੀ ਵਾਹ ਨੌਜਵਾਨ ਪੈਂਦੀ ਬਾਲ ਦੇ ਫੁੱਲ ਸਾਹਮਣੇ ਦੱਸੀ ਪੱਗੇ ਕਿਵੇਂ ਪਾਉਣੀ ਹੈ ਸਿਖਾ ਕੇ ਲਿਆ ਦੱਸ ਕਿ ਕੈਚ ਕਰੀ ਤੇ ਕੈਚ ਕਰਕੇ ਕੈਚ ਕਰਨਾ ਚਾਹੀਦਾ ਜਰੂਰ ਕਿ ਛੱਡਾ ਕੇ ਕੈਚ ਤੇ ਛੱਡਾ ਕੇ ਬੈਠ ਕੇ ਗੱਲ ਸੱਚੀ ਹੈ ਲਾਉਗੀ ਖੇਡ ਦੇ ਮੈਦਾਨ ਚ ਵਿਕਟ ਦਾ ਜਿਹੜਾ ਕੈਚ ਡ੍ਰੌਪ ਕਰ ਦਿੰਦਾ ਹੈ ਇਸ ਵੇਲੇ ਕਨੂਜ ਦੀ ਬਾਲ ਤੇ ਛੱਕੇ ਦੇ 200 ਦੇ ਵਿਕਟ 100 ਰੁਪਏ ਦੀ ਛੱਕੇ ਦੇ 200 ਛੱਕਾ 200 ਬੱਲੇ 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 200 ਦਾ ਛੱਕਾ ਹੈ ਗੱਜਿਆ 200 ਦਾ ਹੈ ਗੱਜੇ ਨੂੰ 200 ਰੁਪਏ ਦਿੱਤਾ ਜਾਣਾ ਕਬੱਡੀ ਮੁਬਾਰਕਬਾਦ ਹੈ ਨਾਵੇ ਕੰਮ ਜਿਹੜਾ ਗੱਜੇ ਨੇ ਕਰਨਾ ਸ਼ੁਰੂ ਕਰ ਦਿੱਤਾ ਹੈ ਵੀ ਗੱਜੇ ਨੇ ਅੱਜ ਬੱਲੇ ਬੱਲੇ ਕਰਾਉਣੀ ਸ਼ੁਰੂ ਕਰ ਦਿੱਤੀ ਹੈ ਔਰ ਖੇਡ ਦੇ ਮੈਦਾਨ ਵਿੱਚ ਵੀ ਸਭ ਜੋ ਖੁਰਾਕ ਵਿੱਚ ਕਮੀ ਹੋਵੇਗੀ ਮਾਰਦਾ ਕੁੱਕਰ ਨੂੰ ਜੇ ਲੋ ਬੈਟਰੀ ਆਡੀਆਂ ਦੇ ਸੁਪਨੇ ਨਹੀਂ ਲੈਣੇ ਚਾਹੀਦੇ ਕੱਦ ਨਾਲੋਂ ਵੱਡਾ ਨੀ ਕਪਾਉਣ ਛੱਡੀਦਾ ਗੱਲਾਂ ਚੰਗ ਤੇ ਲੋਪੜਿਆਂ ਨਾਲ ਲਿਖਦਾ ਮੇਰੇ ਵੀਰੋ ਜਦੋਂ ਵੀ ਲਿਖਦਾ ਨਾ ਗੱਲਾਂ ਸਿਰੇ ਲਿਖਦਾ ਉਹਦੀਆਂ ਗੱਲਾਂ ਬਾਜੀ ਬੜੇ ਸਿਰੇ ਹੁੰਦੀਆਂ ਉਹ ਲਿਖਦਾ ਵੀ ਦਾਦੇ ਪੜਦਾਦਿਆਂ ਨੇ ਬਾਹਾਂ ਨਾਲ ਜੋੜੀਆਂ ਸੀ ਕਿ ਪੋਤਿਆਂ ਨੇ ਤਾਲੀਆਂ ਵਗਾਦੀਆਂ ਕੁਝ ਕੁ ਲੋਕਾਂ ਨੇ ਯਾਰੋ ਜਹਾਜ਼ਾਂ ਦੇ ਝੂਟਿਆਂ ਲਈ ਭਾਈਆਂ ਨਾਲ ਭੈਣਾਂ ਵੀ ਵਿਆਹਤੀਆਂ ਦਾਦੇ ਨੀ ਲੋਕ ਟਾਲੇ ਉਹ ਵੀ ਤਾਂ ਕਨੇਡਾ ਪਾਲੋ ਜ਼ਿੰਦਗੀ ਚ ਜਿਹੜਾ ਕਦੇ ਸੰਗਰੂਰ ਨਹੀਂ ਗਿਆ ਹਿੱਸਾ ਦਾ ਸਕੂਟਰਾਂ ਦੇ ਗਿਆ ਪਰ ਬੰਦਿਆਂ ਦਾ ਵੀਰੇ ਕੁਛ ਜਾਣੇ ਲਾਹ ਸਾਹਮਣੇ ਗੱਜੇ ਨੇ ਛੇ ਮਾਰ ਦਿੰਦੇ ਆ ਵਾਹ ਗੱਜਿਆ ਢੰਗ ਢੰਗ ਕਰਵਾ ਦਿੱਤੀ ਹੈ ਢੰਗ ਢੰਗ ਕਰਵਾ ਤੇ ਗੰਜਾ ਮਰੀ ਗੰਜਾ ਇਸ ਵੇਲੇ ਖੇਡ ਦੇ ਮੈਦਾਨ ਵਿੱਚ ਢੰਗ ਢੰਗ ਕਰਵਾ ਰਿਹਾ ਪੈਦੀ ਬਾਲ ਤੇ ਛੋਟੀ ਉਮਰ ਦਾ ਖਿਡਾਰੀ ਹੈ ਪੈਦੀ ਬਾਲ ਗੱਜਾ ਸਾਹਮਣੇ ਉਹ ਬੱਲੇ ਬੱਲੇ ਕੈਚ ਡ੍ਰੌਪ ਤੇ ਸਾਹਮਣੇ ਮੇਰੇ ਵੀਰੇ ਕੱਟੀ ਚੋਂ ਬਰਫੀ ਨੇ ਉਤਪਾਦੀਆਂ ਦੇ ਮੱਕੀ ਹੈ ਨਲੀਆਂ ਦੀ ਸੋਚ ਬਾਲੇ ਰੱਖ ਦੇ ਤਰੱਕੀ ਹੈ ਲਾਲਚ ਦੇ ਕੀੜੇ ਜਿਹੜੇ ਖੋਪੜੀ ਪਾਲ ਦੇ ਪੁੱਤੇ ਇੱਕ ਦਿਨ ਉਹੀ ਕਰਜਾਈ ਹੁੰਦੇ ਨੇ 17ਵੇਂ ਤੋਂ ਲੈ ਕੇ ਜਿਹੜੇ 19ਵੇਂ ਦਾ ਅੱਧ ਸਾਲ ਸਾਬਣ ਵਾਲੀ ਜ਼ਿੰਦਗੀ ਦਿੱਤਾ ਹੁੰਦੇ ਨੇ 17ਵੇਂ ਤੋਂ ਲੈ ਕੇ ਯਾਰ 19ਵੇਂ ਦਾ ਅੱਧ ਸਾਲ ਸਾਬਣ ਵਾਲੀ ਜ਼ਿੰਦਗੀ ਦਿੱਤਾ ਹੁੰਦਾ ਹੈ ਓਵਰ ਦੀ ਸਮਾਪਤੀ ਤੇ ਬਾਈ ਜੀ 76 ਬਣ ਗਿਆ 76 4 ਓਵਰ 76 ਹੋ ਗਿਆ ਬੱਗੇ 4 ਓਵਰ 76 ਉਹਨਾਂ ਨੇ ਜੰਗ ਦਾ ਐਲਾਨ ਕੀਤਾ
ਅੱਜ ਰਾਜ ਸਰ ਦੀ ਦੇ ਪਿਛਲੇ ਸਾਲ ਦੀ ਚੈਂਪੀਅਨ ਟੀਮ ਆ ਵੀ ਕਿਸੇ ਗੱਲ ਕਰਕੇ ਚੈਂਪੀਅਨ ਬਣਿਆ ਟੱਕਿਆ ਅੱਜ ਝੱਗੇ ਦੇ ਨਾਪੇ ਲੈਣੇ ਪੈਣੇ ਕੱਲੇ ਕੱਲੇ ਦੇ ਕੱਲੇ ਕੱਲੇ ਦੇ ਝੱਗੇ ਨਾਪੇ ਲੈਣੇ ਪੈਣਾ ਲਾਓ ਖੇਡ ਦੇ ਬਣਾ ਦੇ ਅਗਲੇ ਬਾਲ ਕੌਣ ਪਾ ਦੇ ਬੰਦਾ ਸਲਾਹਾਂ ਕਰਦਾ ਸਲਾਹਾਂ ਕਰਦੇ ਇੱਕ ਦੂਜੇ ਨਾਲ ਸਲਾਹਾਂ ਕਰਦੇ ਲਾਓ ਸਾਹਮਣੇ ਬਾਲਾਂ ਪਾਉਣ ਲਈ ਕੌਣ ਆਵੇਗਾ ਇਹ ਸਮਾਂ ਦੱਸੂ गल पुगदी हो जाने जी मैं लगता बाकी खेड मैदान खेड मैदान है जी दो पाड़े एक ने ढाणा गल पक्की है खेड के मैदान शाहनवाज की बल पगे ने थापी देते प्यार किता मुंडा तकड़ा है तू तकड़ा बोला पा सकता है गज्जे तो शाहनवाज की टक्कर लाऊगी मेरे 76 रन चार ओवर आखिरी ओवर है और इस वे शाहनवाज ने ओवर पाना भी अल्लाह हू का आवाजा आवे कुली नी फकीर के बिचों भी अल्लाह हू का आवाजा आवे कुली नी फकीर के बिचों नवी खाद गन्नी खादी शहादतों को किता भुल जिन्होंने गुरु साहब न उठता पीर बना के पाशी बैठ के कहते मंजी साहब लग जाता सीना कि भुल सकते उन्होंने शहादत भी जिन्हें सिख धर्म के बहुत बढ़िया मायने रखती भी सारे मुसलमान माड़े नहीं हुए पर इस वे खेल मैदान में कहते बाल जी शाहनवाज की होगी कि सामना गजे ने करना लाऊगी कहते बोला पाली है बंदे समा ना लवा भरावने समा ना लवा जल्दी बोला पवा दिए और कहते बोला पाने शाहनवाज तैयार पर तैयार सामने कहते मेरे भीर इस वे गंजे के सामने कहना 76 रन तीन ओवर की समाप्ति से बाल पैदी है दुनिया कहती है तू छक्का बचू चा बिगड़ बिगड़ू एन कहते बल्ले बल्ले होने बल्ले बल्ले बाकी होने बल्ले बल्ले होने राज भाभी बल्ले भावे दो अखर भी है पर कराउनी बड़ी औखी है बल्ले बल्ले भावे दो अखर भी है कराउनी बड़ी औखी है एक कराउनी बड़ी औखी है गल सच्ची है गल पक्की है लाओ जी खेड के मैदान बिच एन कहते बल्ले बल्ले होनी है ये शक तो रहनी है बेला साढ़े भरावान का धक्के 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 पैने धक्के पैने बाई के चार जुड़ गया बाई के चार जुड़ गया बगे तेरे को उम्मीद नहीं सी तेरे को उम्मीद नहीं सी कि अंबर में चार के तू हथी डोर बढ़ेगा पता नहीं सी साडे नाल इंज वार कटेगा तेरे नाल वध सानू रब भी करीब नहीं सी कि तेरे नाल वध तेरे कोल यारा सानू इहो जी उम्मीद नहीं सी आओ जी चार रन दे वध होणगे खेड मैदान च पैंदी बार ते गंजे ने मैनूं लगदा चार फेर जोड़ दिए गंजे ने पंजाब दी आवे कल्ला कल्ला पंजाब दी आवे मैनूं लगदा 30-35 कल्ले गंजे दे भी हो गए होणे हुण तक 30-35 गंजे दे भी हो गए होणे आ गंजे ने कहने कहने लवी राज सर लाइए ना तो पैसे लाओ जी खेड मैदान जो पैसे लाते राज सर ने फिर इन्हें मार भी देने की गल सच्ची है हाले चौका मार दो जो हूं मैं 500 दे देना छत्ता ने मिनट जी मार देना फिर गल होर हो जानी है लाओ सामने खेड मैदान च गंजे ने सामने करना तो बाल जी 200 रुपये छत्ते थे बाटी सर वालों बाटी सर वालों 200 रुपये छत्ते थे मित्रा भी जो गंजा छत्ता मार देना 200 रुपये होगा ला भी छत्ता बजूगा जरूर छत्ता बचू जरूर पर खेड मैदान च मैंने लगता भी चार होंगे चार हो फिर बना दो प्रतीक तो फिर 200 पार्टी सर कहते देने भाई देने गंजे का लाओ भी सामने खेड के मैदान बिच गंजा सामने तेन दसिया बाकिया ने भावे चौके मरी जाए कि जो छक्का बच गया ना उदू इन्हें 200 से मार देना जो 200 लाके छक्का मार देना ला भी गंजिया तेरे 9 रन बाकी है फुलटे तो मित्रा 9 रन बाकी है फुल खेल के मैदान की गंजा सामना कर गया पंजी बार सामने मेरे भी बल्ले 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 जरूर हो रही पक्की हो रही है ये गल पक्की लाओ खेल के मैदान के 4 रन भाई ताड़ी मार दो पांच बाउंड्री लगातार मार दी ने पांच बाउंड्री लगातार मार दी एक छक्का उन्होंने चार चौके लगातार मारो ने लगातार लगातार मारे हैं वाह नौजवाना ते कहानी जी हो गई है जब छोटे छोटे जवाब स्कूल नहीं पढ़ रहे कि एक नु लगिया दो बत्तियां होया पूरा 100 कि एक ਕਬੰਜਾ ਤੇਰੇ ਹੋ ਗਿਆ ਕਬੰਜਾ ਤੇਰੇ ਹੋ ਗਿਆ ਕਬੰਜਾ ਤੇਰੇ ਹੋ ਗਿਆ
ਤਵੰਜਾ ਹੋ ਗਿਆ, ਤਵੰਜਾ ਤਵੰਜਾ ਹੋ ਗਿਆ, ਤਵੰਜਾ ਹੋ ਗਿਆ, 105 ਤੇ 6 111 ਹੋ ਗਿਆ ਜੀ, ਓਵਰ ਦੀ ਸਮਾਪਤੀ ਹੈ, 111 ਹੋ ਗਿਆ ਬੱਚੇ, 111 ਹੋ ਗਿਆ, ਤਾਂ ਪਹਾੜ ਜਿਹੜਾ ਮਾਰ ਜਾਂਦਾ 112 ਬਣਾਉਣੇ ਆ ਬੱਕੇ, ਕੱਲ ਵਾਲੀ ਬੈਟਿੰਗ ਕਹਿੰਦੇ ਕੱਲ ਵਾਲੀ ਮਾਰਦੇ ਬਣੇ ਆ, ਬੜਿਆਂ ਨੂੰ ਪਿਛਲੀ ਵਾਰ ਮਾਰੇ ਆ, ਮਾੜਿਆਂ ਨੂੰ ਮਾਰਿਆ ਜੇ ਤਕੜਿਆਂ ਨੂੰ ਮਾਰਦੇ ਬਣੇ ਆ, ਤਕੜਿਆਂ ਨੂੰ ਮਾਰਦੇ ਬਣੇ, ਗੱਲ ਪੱਕੀ ਹੈ, ਲਾਓ ਸਾਹਮਣੇ ਕੰਜੇ ਦੇ 55 ਰਨਾਂ ਜੀ, 55 ਰਨਾਂ ਦੇ ਪ੍ਰਦਰਸ਼ਨ ਕੀਤਾ, 500 ਰੁਪਏ ਦਾ ਸਨਮਾਨ ਜਿਹੜਾ ਵਿੱਕੀ ਦਾ ਕੀਤਾ ਜਾ ਰਿਹਾ, ਬਹੁਤ ਵੱਡੀ ਮੁਬਾਰਕਬਾਦ ਆ ਵੀਰ, ਵੱਡੇ ਜਿਹੜੇ ਸਨਮਾਨ ਖਿਡਾਰੀਆਂ ਦੇ ਕੀਤੇ ਗਏ ਆ ਅਮਿਤ ਸਰ ਨੇ, ਔਰ ਜਿਹੜੇ ਸਨਮਾਨ ਜਿੱਤੇ ਨਾ ਬਾਜੀ, ਬਹੁਤ ਵਧੀਆ ਸਨਮਾਨ ਬਾਜੀ, ਵਧੀਆ ਵੱਡੀ ਗੱਲ ਆ ਜੀ, ਬਹੁਤ ਸੋਹਣੀ ਗੱਲ ਆ ਵੀ ਖਿਡਾਰੀ ਨੇ ਸਨਮਾਨ ਮਾਣ ਸਨਮਾਨ ਜ਼ਰੂਰ ਦਿੰਦੇ ਕਰਨੇ ਚਾਹੀਦੇ ਆ, ਵੀ ਜਿਹਦੇ ਨਾਲ ਇਹਨਾਂ ਨੂੰ ਹੌਸਲਾ ਮਿਲਦਾ ਹੈ, ਵੀ ਖਿਡਾਰੀ ਦੀ ਜਿਹੜੀ ਤਾੜੀ ਚੰਗੀ ਬੰਦਾ ਇਹਨਾਂ ਨੂੰ ਕਿੰਨੇ ਅੱਗੇ ਖੇਲਣ ਵਾਲੇ ਲਗਨ ਪੈਰ ਸਾਰੇ ਚੱਲ ਨਹੀਂ ਸਕਦੇ ਨਾ ਆਪਾਂ, ਮੈਨੂੰ ਪਤਾ ਯਾਰ ਬੜੀਆ ਕੈਚ ਛੱਡੇ ਇਹਨਾਂ ਨੇ, ਮਿਸ ਫੀਲਡਿੰਗ ਬਹੁਤ ਕੀਤੀ ਹੈ ਜੀ, ਬੋਲਾ ਚੰਗੇ ਹੋਣ ਅਗਲੇ ਮੈਚ ਠੀਕ, ਬੋਲ ਕਿੱਥੇ ਮਿਸ ਨਾ ਹੋ ਗਈ ਸਭ ਸੀ ਚੱਲ ਰਿਹਾ, ਹਾਂ ਹਾਂਜੀ ਹਾਂਜੀ, ਮੈਚ ਮੈਚ ਦੀ ਹੈਲੋ
ਵੀਰੇ ਅਗਲੇ ਮੈਚ ਛੱਡ ਦਾਂਗੇ ਤੁਹਾਨੂੰ 5-10 ਮਿੰਟ ਲਈ ਬੋਲ ਦੋ ਨਹੀਂ ਭਾਈ ਕੈਚ ਕੈਚ ਨਹੀਂ ਲਈ ਵਾਈਡ ਦੇ ਨਿਸ਼ਾਨ ਦੇ ਕੋਲ ਲਾਈਨ ਦੇ ਉੱਪਰ ਹੀ ਹੈ ਛੱਕਾ ਹੋ ਗਿਆ ਆਊਟ ਆਊਟ ਹੈ ਛੇ ਉਹ ਛੇ ਦੇਈ ਜਾਂਦਾ ਇਹ ਆਊਟ ਦੇਈ ਜਾਂਦਾ ਅੰਪਾਇਰ ਸਟੈਪ ਵੀ ਉਹਨੇ ਹਲਕਾ ਅੱਗੇ ਕੱਢ ਲਿਆ ਸੀਗਾ ਫਿਰ ਬਾਅਦ ਬੁਲਾਇਆ ਬੋਲ ਸਿੱਟਣ ਤੋਂ ਬਾਅਦ ਬੁਲਾਇਆ ਹਾਂਜੀ ਬੋਲ ਸਿੱਟਣ ਤੋਂ ਬਾਅਦ ਹਾਂ ਉੱਥੇ ਖੜੇ ਰਹਿਣਾ ਸੀਗਾ ਬੋਲ ਫੜਦੇ ਸੀ ਮੈਂ ਸੁੱਟ ਲੱਗਾ ਸੀਗਾ ਅੱਗੇ ਨੂੰ ਹੋ ਕੇ ਫਿਰ ਉਹਨੇ ਬੁਲਾ ਲਿਆ ਨਹੀਂ ਉਹ ਪਹਿਲਾਂ ਛੇ ਦੇ ਰਿਹਾ ਸੀ ਇੱਧਰ ਵਾਲਾ ਵੀ ਸਟੈਪ ਜਿਹਾ ਉਹਨੇ ਅੱਗੇ ਕਰ ਲਿਆ ਸਮਝ ਨਹੀਂ ਆਈ ਬਾਕੀ ਅੰਪਾਇਰ ਦੀ ਮਰਜ਼ੀ ਹੈ ਨਾ ਹੈਲੋ ਦੋ ਓਵਰ ਤੇ 10 ਰਨਾਂ ਦੀ ਇੱਕ ਵਧੀਆ ਜਿਹੀ ਬਾਲਿੰਗ ਕੀਤੀ ਟੀਮ ਨੇ ਰਾਜ ਭਾਜੀ ਗੱਲ ਕਰਦੇ ਹਾਂ ਦੋ ਬੋਲ 10 ਰਨ ਇਹ ਬਹੁਤ ਹੀ ਖਾਸ ਟਿਕਟ ਬੱਕੇ ਭਾਈ ਜੀ ਲੈ ਚੁੱਕੇ ਆ ਤੁਹਾਡੇ ਪਲੇਅਰ ਸਾਹਮਣੇ ਕੌਣ ਪੇਸ਼ ਕਰ ਰਿਹਾ ਜੀ ਸ਼ੁਭਮ ਬੈਟਿੰਗ ਤੇ ਹੈ ਤੇ ਸਾਹਮਣੇ ਆ ਗੰਜਾ ਨਹੀਂ ਇਹ ਗੰਜਾ ਦੇ ਆ ਕੌਣ ਬਾਜੀ ਸਾਹਿਬ ਗੁੱਟ ਮਾਰਦਾ ਮੈਂ ਦੇਖਤਾ ਲੈ ਵੀਰੇ ਯਾਰ ਇਹ ਰਾਹ ਕਰਦਾ ਗੰਜਾ ਜਿਹੜੀ ਤੇਜ਼ ਮਾਰਦਾ ਗੁੱਟ ਮਾਰਦਾ ਪਿਓ ਬਹੁਤ ਹੀ ਵਧੀਆ ਸ਼ਾਟ ਪਰ ਕੇ ਦੇਵੀ ਲਾਲ ਖੜਾ ਬੋਲ ਨੂੰ ਰੋਕਣ ਵਾਸਤੇ ਮੇਰੇ ਲੈਫਟੀ ਦੀ ਹੁੰਦੀ ਹੈ ਰਾਈਟ ਦੀ ਆ ਚੱਲਦੀ ਹੈ ਪਹਿਲਾਂ ਹੀ ਕਿਹਾ
ਸੀਗਾ ਕੰਨਿਆ ਨਹੀਂ ਕਿਸੇ ਨੂੰ ਬਖਸ਼ਦਾ ਇਹ ਬੰਦਾ ਕਿਸੇ ਨੂੰ ਨਹੀਂ ਬਖਸ਼ਦਾ ਕਿਸੇ ਦਾ ਲਿਹਾਜ਼ ਨਹੀਂ ਕਰਦਾ ਕੈਚ ਕਰਨਾ ਵਾ ਬਸ ਕਰਨਾ ਹੀ ਕਰਨਾ ਤੇ ਜਿਹੜਾ ਨੈਕਸਟ ਮੈਚ ਹੈ ਰੋਇਲ ਡੇਮੋਨ ਜਸਪਾਲ ਸਾਹਿਬ ਦੀ ਟੀਮ ਨਾਲ ਭਾਈ ਸਾਹਿਬ ਰੋਇਲ ਫੋਰ ਇਹਨਾਂ ਦਾ ਜਿਹੜਾ ਮੈਚ ਹੈ ਆਪਣੀ ਤਿਆਰੀ ਕਰ ਲੈਣ ਤੂੰ ਬੋਲਿੰਗ ਕਰਾਈ ਸੀ ਕੈਚ ਉੱਥੇ ਹੀ ਹੋ ਗਿਆ ਸੀਗਾ 90 ਦਾ ਕੈਚ ਉੱਡ ਗਿਆ ਉਸ ਤੋਂ ਬਾਅਦ 4 ਛੱਕੇ ਮਾਰ ਗਿਆ ਉਹਦੇ ਕੈਚ ਉੱਥੇ ਕੈਚ ਆਇਆ ਇੱਕ ਬੰਦੇ ਤੇ ਮੈਚ ਨਹੀਂ ਚੱਲਦਾ ਚਾਰੇ ਦੇ ਚਾਰੇ ਆਲ ਰਾਊਂਡਰ ਨੇ ਬੈਟਸਮੈਨ 3 12 ਓਵਰ 12 ਸਕੋਰ 3 ਓਵਰ ਬਾਹਰਲੇ ਪਿੰਨ ਆਊਟ ਹੋ ਜਾਂਦਾ ਜੋ ਹੋਰ ਪਿੰਨ ਆਉਂਦਾ ਫਿਰ ਕਹਿੰਦੇ ਮੈਂ ਕਹਿੰਦਾ ਹਾਂਜੀ ਤੇ ਸਾਰੇ ਟੀਚਰ ਵੀ ਤੇ ਜਿਹੜੇ ਇੰਚਾਰਜ ਹੈ ਜਿਹੜੇ ਕੈਪਟਨ ਨੂੰ ਧਿਆਨ ਰੱਖਣ ਦਾ ਅਗਲੇ ਜਿਹੜੇ ਸੇ ਫਾਈਨਲ ਹੋ ਗਏ ਆ ਉਹ 6-6 ਓਵਰ ਤੇ ਹੈ ਜਿਹਦੇ ਵਿੱਚ ਚਾਰ ਓਵਰ ਵੀ 2-2 ਇੱਕ ਵੀ 5-5 ਬੈਠੇ ਤੇ ਆਫ ਸਾਈਡਰ ਜਿਹੜਾ ਪਲੇਅਰ ਹੈ ਉਹ ਵੀ 2 ਓਵਰ ਪਾਰ ਕਰ ਗਿਆ ਪੰਜ ਬੋਲਰ ਬੋਲਰ ਹੀ ਨਹੀਂ ਹੈਗੇ ਉਹਨਾਂ ਦੀ ਟੀਮ 'ਚ ਬੋਲਰ ਹੁੰਦੇ ਇੰਨੇ ਰਨ ਨਹੀਂ ਮਾਰਦੇ ਜਿਹੜਾ ਮੋਟਾ ਬੋਲਰ ਖੜਾ ਨਾ ਮੂਵਮੈਂਟ ਮੈਨੂੰ ਸਾਰੇ ਟੀਚਰ ਇਸ ਗੱਲ ਨੂੰ ਧਿਆਨ ਰੱਖਣ ਮਾਰ ਦੋ ਮੇਰੇ ਫੇਕ ਧੰਨਵਾਦ ਸਾਡੇ ਲੋਕ ਖੇਡੇ ਲਈ ਸਾਡਾ ਛੱਕਾ ਨਹੀਂ ਖਾਂਦਾ ਇੱਥੇ 45 ਖਾ ਰਿਹਾ ਉਹੀ ਕਹਿ ਰਿਹਾ ਸਾਡੇ ਕੋਲ ਬੋਲਰ ਦੀ ਬੈਟਿੰਗ ਨਹੀਂ ਸੀ ਤਾਂ ਲਾਲਾ ਕੁੱਖਾ ਬਣ ਜਾਂਦਾ ਐ ਭਾਈ ਅੱਗੇ ਜਾਂਦੀ ਬੋਲ ਐ ਰੁਕਦੀ ਬੋਲ ਟੱਪੇ ਖਾਰ ਫੜ ਕੇ ਦੇ ਬੋਲ ਐ ਬੋਲ ਹੁਣ ਸਾਹਮਣੇ ਕੌਣ ਜੈਨਵਾਰ ਇਹਨੇ ਲਾਸਟ ਓਵਰ ਪਾਇਆ ਸੀਗਾ ਹੁਣ ਉਹ ਬੈਟਿੰਗ ਦੇ ਉੱਤੇ ਆ ਸਾਹਮਣੇ ਅਭਿਸ਼ੇਕ ਬਿੱਲਾ ਚੱਕ ਚੱਕ ਨਿਕਲ ਗਈ ਗੈਪ ਚੋਂ ਦੱਬ ਫੁੱਟਬਾਲ ਖੇਡੋ ਪਾਣੀ ਦੇ ਪਾਣੀ ਲੰਬਾਈ ਨੀ ਲੈ ਪਾਇਆ ਚੌਥਾ ਓਵਰ ਚੱਲਦਾ ਪਿਆ 17 ਰਨ ਹੈ ਇਹ ਵੀ ਚੁਕਾਉਣ ਵਾਲੀ ਗੱਲ ਹੈ ਬੰਦੇ ਨੂੰ ਆਪਣੇ ਪੈਸੇ ਨੂੰ ਕਿ ਹਰ ਬੋਲ ਮਹੀਨੇ ਹਰ ਓਵਰ ਮਹੀਨੇ ਲੈਣੇ ਨੇ ਬਹੁਤ ਹੀ ਵਧੀਆ ਸ਼ਾਟ ਚੰਦਨ ਨੇ ਆਕੇ ਬੋਲ ਹੈ ਵਿਕਟਰ ਬੋਲ ਅਭਿਸ਼ੇਕ ਨੇ ਬੋਲ ਚੜਤੀ ਬਹੁਤ ਹੀ ਵਧੀਆ ਭੱਜ ਕੇ ਸਕੋਰ ਕਰਦੇ ਬੋਲ ਆਪਜੇ ਵਿੱਚ ਸੀ ਪਰ ਸਕੋਰ ਜਿਹੜਾ ਇਹਨਾਂ ਨੇ ਕਰ ਲਿਆ ਬਹੁਤ ਹੀ ਵਧੀਆ ਇੱਕ ਵਾਰ ਜ਼ੋਰਦਾਰ ਕਲੈਪਿੰਗ ਭਾਈ ਸ਼ੈਨਵਾਲ ਵਾਸਤੇ ਇੱਥੇ ਬੈਠੇ ਹੋਏ ਪਿੱਛੇ ਬਹੁਤ ਹੀ ਵਧੀਆ ਖਤਮ ਕੀਤਾ ਗਿਆ ਬਹੁਤ ਹੀ ਵਧੀਆ ਅੰਪਾਇਰ ਦਾ ਡਿਸੀਜਨ ਹੈਲੋ
कोई ना लो जी ये नाल ही रॉयल सुपर किंग्स की टीम जी जितू है मंडी मुबारकबाद है भाजी राज भाजी सैमीफाइनल जी टीम प्रवेश करे आखिरी चार टीम नाम लिखे ये टीम जी अगे जाएगी सैमीफाइनल प्रवेश कर गए लो जी अगली टीम जी अपना